ਸੁੱਖਾਂ ਸੁੱਖਣ ਤੋਂ ਬਾਅਦ ਬਣਿਆ ਜਲੰਧਰ ਦੇ ਬੀਏਪੀ ਚੌਂਕ ਦਾ ਫਲਾਈਓਵਰ ਸਿਰਫ ਇੱਕ ਦਿਨ ਬਾਅਦ ਹੀ ਬੰਦ ਕਰਨਾ ਪੈ ਗਿਆ। 10 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਬਣੇ ਇਸ ਪੁਲ ਨੂੰ ਬੰਦ ਕਰਨ ਦੇ ਪਿੱਛੇ ਉਸਦੀ ਬਣਾਵਟ ਨੂੰ ਮੁੱਖ ਕਾਰਨ ਦੱਸਿਆ ਜਾ ਰਿਹਾ। ਇਸ ਤੋਂ ਬਾਅਦ ਜਲੰਧਰ ਦੇ ਕਾਂਗਰਸ ਦੇ ਆਗੂ ਐਕਟੀਵਿਸਟ ਨੇ ਨਿਤਿਨ ਗਡਕਰੀ ਨੂੰ ਸ਼ਿਕਾਇਤ ਭੇਜ ਕੇ ਪੁਲ ਬਣਾਉਣ ਵਾਲੀ ਕੰਪਨੀ ਦੇ ਜ਼ਿੰਮੇਵਾਰ ਅਧਿਕਾਰੀਆਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਨੂੰ ਵੇਖਦੇ ਹੋਏ ਪੁਲ ਬਣਾਉਣ ਵਾਲੀ ਕੰਪਨੀ ਨੇ ਪੁਲ ਨੂੰ ਬੰਦ ਕਰ ਦਿੱਤਾ ਹੈ। ਜੀ, ਉਹ ਤਾਂ ਕੰਪਨੀ ਨੇ ਕੀਤਾ ਬੰਦ। ਅਸੀਂ ਸਵੇਰੇ ਕੰਪਨੀ ਨਾਲ ਉਸ ਦਿਨ ਮੀਟਿੰਗ ਕੀਤੀ ਸੀ। ਕੁਛ ਉਹ 'ਚ ਸੇਫਟੀ ਫਲੋਜ਼ ਨੇ ਜੋ ਹੁਣ ਉਹ ਕੰਪਨੀ ਨੇ ਉਹਦੇ 'ਚ ਕਾਲ ਲੈਣੀ ਹੈ ਕਿੱਦਾਂ ਉਹਨੂੰ ਠੀਕ ਕਰਨਗੇ। ਜਿਵੇਂ PAP ਸਾਈਡ ਤੋਂ ਜਿਹੜੀ ਸਲਿਪ ਰੋਡ ਹੁੰਦੀ ਹੈ ਉਹ ਥੋੜ੍ਹਾ ਉਹ 'ਚ ਡਿਜ਼ਾਈਨ ਪ੍ਰੋਬਲਮ ਹੈਗੀ ਹੈ ਅਤੇ ਉਹ ਫਿਰ ਕੰਪਨੀ ਹੁਣ ਉਹਨੂੰ ਮਤਲਬ ਕਰੂਗੀ, ਠੀਕ ਕਰੂਗੀ ਜਦ ਮਰਜ਼ੀ। ਅਤੇ ਕੰਪਨੀ ਹੀ ਫਿਰ ਉਹ 'ਚ ਕਾਲ ਲਊਗੀ ਕਦ ਇਹਨੂੰ ਮਤਲਬ ਖੋਲ੍ਹਣਾ ਕਿ ਨਹੀਂ ਖੋਲ੍ਹਣਾ। ਇਸ ਸਭ ਦੇ ਬਾਅਦ ਕਾਂਗਰਸ ਦੇ ਆਰਟੀਏ ਸੈੱਲ ਦੇ ਵਾਈਸ ਚੇਅਰਮੈਨ ਸੰਜੇ ਸਹਿਗਲ ਨੇ ਇਸ ਸ਼ਿਕਾਇਤ ਨਿਤਿਨ ਗਡਕਰੀ ਨੂੰ ਕੀਤੀ, ਜਿਸ ਦਾ ਇੱਕ ਉਤਾਰਾ ਜਲੰਧਰ ਦੇ ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੂੰ ਵੀ ਭੇਜਿਆ ਗਿਆ ਹੈ। ਸੰਜੇ ਸਹਿਗਲ ਨੇ ਆਪਣੀ ਸ਼ਿਕਾਇਤ 'ਚ ਪੁਲ ਬਣਾਉਣ ਵਾਲੀ ਕੰਪਨੀ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਖਾਮੀਆਂ ਹੀ ਖਾਮੀਆਂ ਜੀ, ਇਹ ਫਲਾਈਓਵਰ ਜਿਹੜਾ 6-lane ਹਾਈਵੇ ਪ੍ਰੋਜੈਕਟ ਹੈਗਾ, ਐਕਸਪ੍ਰੈਸਵੇ ਪਾਣੀਪਤ ਤੋਂ ਜਲੰਧਰ ਤੱਕ ਦਾ, ਇਹ PAP ਫਲਾਈਓਵਰ ਉੱਤੇ ਅਸੀਂ ਇਸ ਵੇਲੇ ਮੌਕੇ 'ਤੇ ਖੜ੍ਹੇ ਹਾਂ ਅਤੇ ਜਿਹੜਾ ਬੋਟਮ ਨੈਕ 'ਤੇ ਆ ਕੇ ਤੁਸੀਂ ਦੇਖ ਰਹੇ ਹੋ ਇੱਕਦਮ ਉਤਰ ਰਿਹਾ, ਇੱਕਦਮ ਟ੍ਰੈਜਰੀ ਦਾ ਘੜ ਹੈਗਾ ਵਾ, ਇੱਕਦਮ ਹਾਈਵੇ ਦਾ ਵੀ ਟ੍ਰੈਫਿਕ ਆ ਰਿਹਾ, ਸਿਟੀ ਦਾ ਵੀ ਟ੍ਰੈਫਿਕ ਆ ਰਿਹਾ ਵਾ। ਦੋਨਾਂ ਦਾ ਐਕਸੀਡੈਂਟ ਹੋਣ ਦਾ ਬਹੁਤ ਵੱਡਾ ਇੱਥੇ ਕਾਰਨ ਸੀਗਾ। ਜਿਸ ਵੇਲੇ 29 March ਨੂੰ ਇਹਦਾ ਪਬਲਿਕਲੀ ਆਮ ਪਬਲਿਕਲੀ ਖੋਲ੍ਹਿਆ ਗਿਆ, ਮੌਕੇ 'ਤੇ ਹੀ ਫਿਰ ਜ਼ਿਲ੍ਹਾ ਪ੍ਰਸ਼ਾਸਨ DC ਸਾਹਿਬ ਔਰ ਕਮਿਸ਼ਨਰ ਪੁਲਿਸ ਆਏ, ਉਹਨਾਂ ਨੇ ਦੇਖਿਆ ਕਿ ਪਬਲਿਕ ਨੂੰ ਕਾਫੀ ਇਨਕਨਵੀਨੀਅੰਸ ਹੋ ਰਹੀ ਹੈ ਇਹਦੇ ਲਈ, ਅਤੇ ਉਹਨਾਂ ਨੇ ਮੌਕੇ 'ਤੇ ਹੀ ਇਹਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਹ ਬਹੁਤ ਵੱਡੀ ਨਲੈਕੀ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਜਿਹੜੇ ਆਫਿਸ਼ੀਅਲ ਜ਼ਿੰਮੇਦਾਰ ਅਧਿਕਾਰੀ ਹੈ ਕਿ ਉਹਨਾਂ ਨੂੰ ਇਹ ਆਪਣਾ ਜੋ ਡਿਜ਼ਾਈਨ ਹੋਇਆ ਸੀ ਉਹਦੇ ਅਕੋਰਡਿੰਗਲੀ ਇਹ ਬਣਿਆ ਹੀ ਨਹੀਂ ਗਾ, ਪਲਾਨ ਹੀ ਨਹੀਂ ਹੋਇਆ। ਕੰਪਲੇਂਟ ਵੀ ਪਾਈ ਹੈ, ਤੁਸੀਂ ਕੰਪਲੇਂਟ ਕਿੱਥੇ ਪਾਈ? ਮੈਂ ਰਿਟਨ ਕੰਪਲੇਂਟ ਕੀਤੀ ਹੈ ਜੀ, ਡਿਪਟੀ ਕਮਿਸ਼ਨਰ ਜਲੰਧਰ, ਕਮਿਸ਼ਨਰ ਆਫ ਪੁਲਿਸ, ਮਿਨਿਸਟਰੀ ਆਫ ਰੋਡ ਟਰਾਂਸਪੋਰਟ ਹਾਈਵੇਜ਼ ਨਿਤਿਨ ਗਡਕਰੀ ਜੀ ਨੂੰ ਔਰ ਚੇਅਰਮੈਨ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਮੈਂ ਰਿਟਨ ਕੰਪਲੇਂਟ ਕੀਤੀ ਹੋਈ ਹੈ। ਨਾ ਹੀ ਤੁਸੀਂ ਦੇਖ ਸਕਦੇ ਹੋ ਰੋਡ ਦੇ ਉੱਤੇ ਕੋਈ ਰੋਡ ਸਾਈਨਸ ਨਹੀਂ ਹੈਗੇ ਹੈ, ਕੋਈ ਰਿਫਲੈਕਟਰਸ ਨਹੀਂ ਲੱਗੇ, ਕੁਛ ਨਹੀਂ ਲੱਗਾ। ਇਹ ਸਭ ਇਹਨਾਂ ਦਾ ਜਿਹੜਾ ਹੈਗਾ ਮਿਲੀ ਭਗਤ, ਇਹਨਾਂ ਦੇ 'ਚ ਮੈਨੂੰ ਜਾਪਦਾ ਕਿ ਕਾਫੀ ਇਹਨਾਂ 'ਚ ਘੁਟਾਲਾ ਹੋਇਆ ਇਸ ਜਿਹੜਾ ਫਲਾਈਓਵਰ ਦੇ ਮੇਨਟੇਨੈਂਸ ਦੇ ਵਿੱਚ ਕੰਸਟਰਕਸ਼ਨ ਵਿੱਚ। 10 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਜਲੰਧਰ ਸ਼ਹਿਰ ਦੀ ਭੀੜ ਨੂੰ ਘੱਟ ਕਰਨ ਲਈ PAP ਫਲਾਈਓਵਰ ਨੂੰ ਚਾਲੂ ਕੀਤਾ ਜਾ ਸਕਦਾ ਸੀ, ਪਰ ਜਿਸ ਤਰ੍ਹਾਂ ਇਸ ਨੂੰ ਬੰਦ ਕਰਨਾ ਪਿਆ ਉਸ ਤੋਂ ਬਾਅਦ ਤਾਂ ਸਿਰਫ ਇਹੀ ਕਿਹਾ ਜਾ ਸਕਦਾ ਹੈ ਕਿ ਸਰਕਾਰ ਅਤੇ ਸਰਕਾਰੀ ਤੰਤਰ ਦੀ ਕਥਿਤ ਲਾਪਰਵਾਹੀ ਦੇ ਚੱਲਦਿਆਂ ਦੇਸ਼ ਦਾ ਕਰੋੜਾਂ ਰੁਪਇਆ ਸੜਕਾਂ ਦੀ ਮਿੱਟੀ ਵਿੱਚ ਮਿੱਟੀ ਫੱਕਦਾ ਨਜ਼ਰ ਆ ਰਿਹਾ ਹੈ। ਜਲੰਧਰ ਤੋਂ ਪਰਮਜੀਤ ਸਿੰਘ ਰੰਗਪੁਰੀ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਅਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ, SDS ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ। ਮਿਲੋ ਸਾਡੀ ਐਕਸਪਰਟ ਪਿਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ, ਜਿਹਨੂੰ 14 ਸਾਲ ਅਤੇ 25,000 ਐਪਲੀਕੇਸ਼ਨਸ ਦਾ ਤਜਰਬਾ ਹੈ।